ਗੱਡੀ ਦੇ ਵਿੱਚ ਕੱਲੀ ਕੁੜੀ ਨੂੰ ਦੇਖ ਕੇ ਰਾਤ ਦੇ ਸਮੇਂ ਦੋ ਲੁਟੇਰੇ ਟੁੱਟ ਕੇ ਪੈ ਗਏ ਨੇ। ਦੱਸ ਦਈਏ ਕਿ ਪਿਸਤੌਲ ਦੀ ਨੋਕ ਦੇ ਉੱਤੇ ਇਸ ਕੁੜੀ ਦੇ ਕੋਲੋਂ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੁੜੀ ਨੇ ਵੀ ਅੱਗੇ ਦਲੇਰੀ ਦਿਖਾਉਂਦੇ ਹੋਏ ਮੌਕੇ ਤੋਂ ਆਪਣੀ ਗੱਡੀ ਭਜਾਈ, ਪਰ ਮਾੜੀ ਕਿਸਮਤ ਦੇ ਨਾਲ ਗੱਡੀ ਜੋ ਹੈ ਡਿਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ, ਜਿਸ ਤੋਂ ਬਾਅਦ ਗੱਡੀ ਕਈ ਪਲਟੀਆਂ ਖਾਂਦੀ ਹੋਈ ਸੜਕ ਦੇ ਕਿਨਾਰੇ ਤੇ ਮੁੱਦੀ ਹੋ ਜਾਂਦੀ ਹੈ, ਜਿਸ ਦੇ ਵਿੱਚ ਕੁੜੀ ਦੇ ਵੀ ਕਈ ਗੰਭੀਰ ਸੱਟਾਂ ਲੱਗੀਆਂ ਨੇ। ਪਰ ਗਨੀਮਤ ਰਹੀ ਹੈ ਕਿ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ, ਪਰ ਕਿਤੇ ਨਾ ਕਿਤੇ ਇੱਕ ਵਾਰ ਜ਼ਰੂਰ ਪ੍ਰਸ਼ਾਸਨ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗਣੇ ਲਾਜ਼ਮੀ ਨੇ, ਕਿਉਂਕਿ ਜਲੰਧਰ ਦੇ ਵਿੱਚ ਲਗਾਤਾਰ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਭਖਿਆ ਹੋਇਆ ਹੈ। ਚੱਪੇ ਚੱਪੇ ਦੇ ਉੱਤੇ ਪੁਲਿਸ ਤੈਨਾਤ ਹੈ, ਪਰ ਬਾਵਜੂਦ ਇਸ ਦੇ ਜਲੰਧਰ ਦੇ ਵਿੱਚ ਅਜਿਹੀ ਵਾਰਦਾਤ ਦਾ ਹੋ ਜਾਣਾ ਵੱਡੇ ਸਵਾਲ ਤਾਂ ਖੜ੍ਹੇ ਕਰਦਾ ਹੀ ਹੈ। ਪਰ ਇੱਥੇ ਕਿਤੇ ਨਾ ਕਿਤੇ ਇਸ ਕੁੜੀ ਦੀ ਵੀ ਹਿੰਮਤ ਦੀ ਦਾਸ ਦੇਣੀ ਪਵੇਗੀ, ਕਿਉਂਕਿ ਕੁੜੀ ਨੇ ਦਲੇਰੀ ਦਿਖਾਈ ਹੈ ਅਤੇ ਆਪਣੀ ਗੱਡੀ ਨੂੰ ਉੱਥੋਂ ਮੌਕੇ ਤੋਂ ਭਜਾ ਲਿਆ। ਦਰਅਸਲ ਜਾਣਕਾਰੀ ਅਨੁਸਾਰ ਇਸ ਕੁੜੀ ਦਾ ਕਹਿਣਾ ਹੈ ਕਿ ਇਹ ਖਾਣ ਪੀਣ ਦੇ ਲਈ ਘਰ ਤੋਂ ਨਿਕਲੀ ਸੀ, ਪਰ ਰਾਹ ਦੇ ਵਿੱਚ ਜਿੱਥੇ ਇਹਨੇ ਗੱਡੀ ਰੋਕੀ ਤਾਂ ਦੋ ਮੁੰਡੇ ਆ ਕੇ ਦੋਵਾਂ ਪਾਸਿਓਂ ਦੀ ਖੜ੍ਹੇ ਹੋ ਜਾਂਦੇ ਨੇ ਅਤੇ ਇਸ ਕੁੜੀ ਨੂੰ ਕਿਹਾ ਜਾਂਦਾ ਹੈ ਕਿ ਜਿੰਨਾ ਵੀ ਕੈਸ਼ ਹੈ ਇਸ ਦੇ ਕੋਲ ਉਹ ਕੱਢ ਕੇ ਦੇ ਦੇਵੇ। ਪਰ ਕੁੜੀ ਦੇ ਵੱਲੋਂ ਉੱਥੇ ਮੌਕੇ ਦੇ ਉੱਤੇ ਫੁਰਤੀ ਦਿਖਾਈ ਜਾਂਦੀ ਹੈ ਅਤੇ ਗੱਡੀ ਨੂੰ ਭਜਾ ਲਿਆ ਜਾਂਦਾ ਹੈ। ਸਪੀਡ ਜ਼ਿਆਦਾ ਹੋਣ ਦੇ ਕਾਰਨ ਡਿਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ ਅਤੇ ਟਕਰਾਉਣ ਤੋਂ ਬਾਅਦ ਕਈ ਪਲਟੀਆਂ ਖਾਂਦੀ ਹੋਈ ਸੜਕ ਦੇ ਕਿਨਾਰੇ ਤੇ ਮੁੱਦੀ ਹੋ ਜਾਂਦੀ ਹੈ, ਜਿਸ ਤੋਂ ਬਾਅਦ ਲੜਕੀ ਨੂੰ ਬਾਹਰ ਕੱਢਿਆ ਜਾਂਦਾ ਹੈ ਅਤੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ, ਜਿੱਥੇ ਕਿ ਉਸਨੂੰ ਮੁੱਢਲੀ ਸਹਾਇਤਾ ਦੇ ਕੇ ਜੋ ਵਾਪਸ ਭੇਜ ਦਿੱਤਾ ਜਾਂਦਾ। ਪਰ ਹੁਣ ਲੜਕੀ ਦੇ ਵੱਲੋਂ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ। ਉੱਥੇ ਜੇਕਰ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਸ ਗੱਡੀ ਦੇ ਵਿੱਚ ਦੋ ਕੁੜੀਆਂ ਅਤੇ ਦੋ ਮੁੰਡੇ ਸਵਾਰ ਸੀ। ਕਿਤੇ ਨਾ ਕਿਤੇ ਦੋਵਾਂ ਦੇ ਬਿਆਨ ਵੀ ਹੁਣ ਆਪਸ ਦੇ ਵਿੱਚ ਮਿਲਦੇ ਨਜ਼ਰ ਨਹੀਂ ਆ ਰਹੇ, ਪਰ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵੋ ਮੈਂ ਅਸੀਂ ਰਾਤ ਕੋ ਕੁਛ ਖਾਣੇ ਕੇ ਲਈ ਨਹੀਂ ਥੀ ਰੂਮ ਸੇ ਤੋ ਐਸੀ ਖੜੀ ਥੀ ਮੈਂ ਵਹਾਂ ਪੇ ਤੋ ਦੋ ਲੜਕੇ ਮੇਰੀ ਗਾੜੀ ਕੇ ਪਾਸ ਆ ਕੇ ਖੜੇ ਹੋ ਗਏ, ਮੁਝੇ ਬੋਲਣ ਲੱਗੇ ਕੈਸ਼ ਨਿਕਾਲੋ ਜੋ ਵੀ ਹੈ ਨਿਕਾਲੋ, ਤੋ ਮੁਝੇ ਪਿਸਟਲ ਦਿਖਾਉਣੇ ਲੱਗੇ। ਅਬ ਮੈਨੇ ਗਾੜੀ ਫਾਸਟ ਕੀ ਤੋ ਮੇਰੀ ਗਾੜੀ ਆਗੇ ਜਾ ਕੇ ਪਲਟ ਗਈ। ਜਬ ਜਬ ਅਭੀ ਇਤਨਾ ਸ਼ੁਕਰ ਹੈ ਕਿ ਕਿਸੀ ਕੇ ਸਾਥ ਨਹੀਂ ਲੜੀ, ਅਭੀ ਮੇਰਾ ਨੁਕਸਾਨ ਹੋਇਆ ਗਾੜੀ ਕਾ, ਆਪਣੀ ਫੋਟੋਜ਼ ਵੀ ਹੈ ਸਾਰਾ ਕੁਛ ਦੇਖਾ ਹੀ ਆਪਣਾ, ਤੋ ਅਗਰ ਐਸੇ ਇਤਨੇ ਬੜੇ ਸ਼ਹਿਰ ਮੇ ਬੰਦਾ ਸੇਫ ਨਹੀਂ ਹੈ ਤੋ ਫਾਇਦਾ ਹੀ ਕਿਆ ਹੈ ਫਿਰ। ਆਪ ਬੋਲ ਰਹੇ ਹੋ ਪਿਸਟਲ ਦਿਖਾਇਆ, ਆਪਕੋ ਕੌਨ ਸੀ ਜਗ੍ਹਾ ਪੇ ਪਿਸਟਲ ਦਿਖਾਇਆ ਔਰ ਕੌਨ ਸੀ ਜਗ੍ਹਾ ਪੇ ਆਪਕੋ ਜੀ ਜੋ ਬੀਐਮਸੀ ਰੋਡ ਹੈ ਨਾ ਜੀ ਬੀਐਮਸੀ ਰੋਡ ਸੇ ਜਬ ਆਤੇ ਹੈ ਨਾ ਜੀ ਗ੍ਰੀਨ ਪਾਰਕ ਕੇ ਗੇਟ ਹੈ ਇੱਕ ਬੈਕ ਸਾਈਡ ਵਿੱਚ ਓਕੇ ਵਹਾਂ ਪੇ ਓਕੇ ਉਸਕੇ ਬਾਅਦ ਫਿਰ ਕਿਆ ਹੁਆ ਆਪਕਾ ਪੀਛਾ ਕੀਆ ਉਨ੍ਹਾਂਨੇ ਵੋ ਮੇਰੇ ਪੀਛੇ ਆ ਰਹੇ ਥੇ ਮੈਨੇ ਗਾੜੀ ਫਾਸਟ ਕੀ ਵੋ ਮੇਰੇ ਪੀਛੇ ਹੀ ਆ ਰਹੇ ਥੇ ਜੀ ਤੋ ਆਗੇ ਜਾ ਕੇ ਮੇਰੀ ਗਾੜੀ ਪਲਟ ਗਈ ਓਕੇ ਤੋ ਵੋ ਲੜਕੇ ਫਿਰ ਵਹਾਂ ਸੇ ਭਾਗ ਗਏ ਵੋ ਬਾਤ ਹੈ ਓਕੇ ਉਸਕੇ ਬਾਅਦ ਫਿਰ ਕਿਆ ਹੁਆ ਬਸ ਫਿਰ ਵਹਾਂ ਪੇ ਕੁਛ ਲੋਕ ਇਕੱਠੇ ਹੋ ਗਏ ਉਨ੍ਹਾਂਨੇ ਮੇਰੀ ਹੈਲਪ ਕੀ ਮੁਝੇ ਹੋਸਪਿਟਲ ਮੇ ਲੈ ਕੇ ਆਏ ਗਾੜੀ ਮੇ ਸੇ ਉਨ੍ਹਾਂਨੇ ਨਿਕਾਲਾ ਗਾੜੀ ਮੇ ਸੇ ਨਿਕਾਲਾ ਮੁਝੇ ਜੀ ਤੋ ਵੈਸੇ ਕੁਛ ਮੈਂ ਸੇਫ ਹੂੰ ਅਭੀ ਤੋ ਬਟ ਅਗਰ ਐਸੇ ਅਨਲੱਕੀ ਅਗਰ ਕੁਛ ਹੋ ਜਾਤਾ ਹਮ ਦੇਖ ਰਹੇ ਆਪਕੇ ਕਾਫੀ ਛੋਟੇ ਵੀ ਲੱਗੀ ਹੋਈ ਹੈ ਹਾਂ ਜਹਾਂ ਦੇ ਵੀ ਲੱਗੀ ਹੈ ਕੋ ਵੇ ਇਹ ਲੱਗੀ ਅਬ ਡਾਕਟਰ ਕੀ ਬੋਲ ਰਹੇ ਹੈ ਕਿ ਆਪਕੇ ਹਾਲਾਤ ਜੋ ਹੈ ਕੈਸੇ ਹੈ ਡਾਕਟਰ ਫਿਰ ਅਭੀ ਠੀਕ ਹੈ ਜੀ ਜ਼ਿਆਦਾ ਹੁਣ ਤੱਕ ਵੈਸੇ ਜ਼ਰੂਰ ਨਹੀਂ ਹੈ ਇਸ ਸੰਬੰਧੀ ਆਪਨੇ ਕੋਈ ਪੁਲਿਸ ਕੋ ਸ਼ਿਕਾਇਤ ਦੀ ਨਹੀਂ ਹੈ ਸੁਣਨ ਦੀ ਓਕੇ ਕੀ ਕਹਿਣਾ ਚਾਹਤੇ ਹੈ ਯਹੀ ਕਹਿਣਾ ਚਾਹਤੇ ਹੈ ਕਿ ਪੁਲਿਸ ਕੋ ਦੇਖਣਾ ਚਾਹੀਏ ਰਾਤ ਕੋ ਕੌਨ ਕੌਨ ਝੂਮਤਾ ਹੈ ਯਾ ਫਿਰ ਕੈਮਰੇ ਸੇ ਸੁਣ ਸਹੀ ਜੀ ਫੋਨ ਤੇ ਵੋ ਲੜਕੇ ਅਬ ਰੋਜ਼ ਜਹਾਂ ਪੇ ਰੋਤਾ ਹੀ ਹੋਗਾ ਐਸੇ ਜੀ ਬਿਲਕੁਲ ਫਸਟ ਟਾਈਮ ਤੋਂ ਆਈ ਨਹੀਂ ਜੀ ਤੋ ਬੰਦਾ ਸੇਫ ਹੀ ਨਹੀਂ ਰਾਕੇਸ਼ ਇਤਨੇ ਬੜੇ ਸ਼ਹਿਰ ਨੂੰ
ਮੈਂ ਇੱਕ ਆਪਣੀ ਡਿਊਟੀ ਤੋਂ ਹੋਸਪਿਟਲ ਦੇ ਵਿੱਚ ਕੋਈ ਮੈਟਰ ਸੀ, ਮੈਂ ਉੱਧਰੋਂ ਆ ਰਿਹਾ ਸੀ ਅਤੇ ਮੈਂ ਆਉਂਦੇ ਦੇਖਿਆ ਕਿ ਇੱਥੇ ਐਕਸੀਡੈਂਟ ਹੋਇਆ ਅਤੇ ਕਿੱਦਾਂ ਹੋਇਆ ਨਹੀਂ ਹੋਇਆ ਉਹ ਕੈਮਰੇ ਦੇਖ ਕੇ ਅਤੇ ਮੇਰੀ ਆਈਫੋਨਿਕ ਦੇ ਕੈਮਰੇ ਹੋਣਗੇ ਜੀ, ਉਹ 'ਚ ਆਪਾਂ ਦੇਖ ਲਵਾਂਗੇ ਕੀ ਹੋਇਆ ਕਿੱਦਾਂ ਨਹੀਂ। ਕਿੱਥੇ ਦੀ ਗੱਡੀ ਹੈ ਕੋਈ ਪਤਾ ਲੱਗਾ ਪਰਿਵਾਰਿਕ ਮੈਂਬਰ ਕਿੱਥੇ? ਐਕਚੁਅਲੀ ਇੱਥੇ ਸਾਨੂੰ ਲੱਗ ਗਿਆ ਪਤਾ ਲੱਗਾ ਹੈ, ਕਹਿ ਰਹੇ ਕਿ ਦੋ ਮੁੰਡੇ ਅਤੇ ਦੋ ਕੁੜੀਆਂ ਸੀ ਜੀ, ਸਾਨੂੰ ਇਨੀਸ਼ੀਅਲ ਪਤਾ ਲੱਗਾ ਹੈ ਜੀ, ਬਾਕੀ ਇਹ ਤੱਕ ਸਾਨੂੰ ਇਹ ਨਹੀਂ ਪਤਾ ਲੱਗਾ ਕਿਹੜੇ ਹੋਸਪਿਟਲ ਗਏ ਆ, ਸਾਨੂੰ ਉਹ ਇਨਫੋਰਮੇਸ਼ਨ ਆਏਗੀ ਆਪਾਂ ਉਸ ਹਿਸਾਬ ਨਾਲ ਆਪਣੀ ਸਟੇਟਮੈਂਟ ਰਿਕਾਰਡ ਕਰ ਲਾਂਗੇ। ਬਾਕੀ ਇਹ ਗੱਡੀ ਸ਼ਾਇਦ PV 65 ਨੰਬਰ ਹੈ। ਕਿਹੜੀ ਜਗ੍ਹਾ ਜਿਹੜਾ ਇਹ ਐਕਸੀਡੈਂਟ ਹੋਇਆ? ਆਈਕੋਨਿਕ ਚੌਂਕ ਦੇ ਲੱਗੇ। ਓਕੇ ਜੀ, ਤੇ ਪਤਾ ਲੱਗਿਆ ਗੱਡੀ ਦੇ ਵਿੱਚ ਹੋਰ ਕਿੰਨੇ ਜਣੇ ਸੀਗੇ? ਟੋਟਲ 4 ਜਣੇ ਸੀਗੇ ਜਾਂ 4 ਤੋਂ ਵੱਧ ਸੀਗੇ? ਸਾਨੂੰ ਤਾਂ ਇੱਥੇ ਸਕਿਉਰਿਟੀ ਗਾਰਡ ਤੋਂ ਪਤਾ ਲੱਗਿਆ 4 ਜਣੇ, ਉਹ ਦੱਸ ਰਹੇ ਆ, ਬਾਕੀ ਇਹ ਤਾਂ ਕਨਫਰਮ ਕੁਛ ਨਹੀਂ ਹੈਗਾ। ਤੇ ਉਹਨਾਂ ਨੂੰ ਹਸਪਤਾਲ ਕੌਣ ਲੈ ਕੇ ਗਿਆ? ਇੰਨਾ ਨਹੀਂ ਸਾਨੂੰ ਕੋਈ ਇਨਫੋਰਮੇਸ਼ਨ ਹੈਗੀ, ਹਸਪਤਾਲ ਕੌਣ ਲੈ ਕੇ ਗਿਆ, ਮੈਂ ਤਾਂ ਹੁਣੇ ਆਇਆ ਮੌਕੇ। ਓਕੇ, ਹੁਣ ਤੁਹਾਡੇ ਵੱਲੋਂ ਜਾਂਚ ਜਿਹੜੀ ਹੈ ਜਾਰੀ ਹੈ? ਬਿਲਕੁਲ ਜਾਰੀ ਹੈ। ਠੀਕ।